ਇਹਨਾਂ ਦੀ ਸਾਂਭ ਸੰਭਾਲ ਤੁਸੀਂ ਕਰਦੇ ਹੋ? ਹਾਂਜੀ ਵੀਰੇ, ਆਪਾਂ ਹੀ ਕਰਦੇ ਹਾਂ। ਤੇ ਵੈਸੇ ਦੇਖਣ ਤੋਂ ਲੱਗਦਾ ਨਹੀਂ, ਜਿਵੇਂ ਹੁਣ ਮੈਂ ਕਈ ਵਾਰ ਦੇਖਿਆ ਕਬੂਤਰ ਵਾਲੇ ਭਰਾ ਹੁੰਦੇ ਜਿਹੜੇ, ਉਹਨਾਂ ਦੇ ਰੰਗ ਪੱਕੇ ਹੋਏ ਹੁੰਦੇ ਆ ਧੁੱਪੇ ਰਹਿ ਰਹਿ ਕੇ। ਤੁਹਾਡਾ ਰੰਗ 'ਚ ਬਹੁਤ ਫਰਕ ਆ। ਬਸ ਵੀਰੇ, ਪਤਾ ਨਹੀਂ ਕੀ ਚੱਕਰ ਆ। ਕਬੂਤਰ ਸੀ ਬਾਈ ਬੋਦੀ ਵਾਲਾ, ਆਹ ਵੀ ਬੋਦੀ ਵਾਲੀ ਕਬੂਤਰੀ ਆ। ਠੀਕ ਆ ਬਾਈ। ਇਹ ਮਲੇਰਕੋਟ ਦੇ ਤੋਂ ਆਇਆ ਬਾਈ ਇਹ? ਇਹ ਵੀਰੇ ਆਏ ਸੀਗੇ ਜਸਪਾਲ ਬਾਂਗਰ ਤੋਂ, ਕਹਿੰਦੇ ਆਇਆ ਸੀਗਾ ਬਰਨਾਲੇ ਤੋਂ। ਠੀਕ ਆ ਬਾਈ। ਹਾਂਜੀ, ਲੋ ਵੀ ਆ ਦੇਖੋ, ਕਾਲਸਰੇ ਚਿੱਟੀ ਅੱਖ ਦੇ, ਇਹਨਾਂ ਨੂੰ ਹਾਈ ਫਲੇਅਰ ਕਹਿੰਦੇ ਆ ਨਾ। ਹਾਂਜੀ, ਇਹ ਹਾਈ ਫਲੇਅਰ ਉਚਾਈ ਤੇ ਜਾਂਦੇ, ਉਚਾਈ ਤੇ ਉੱਡਦੇ ਆ। ਹਾਂਜੀ, ਤੇ ਇਸੇ ਗੱਲ ਤੋਂ ਮਾਰ ਖਾ ਜਾਂਦੇ ਆ ਨਾ, ਚੱਲ ਜਾਂਦੇ ਨੇ। ਠੀਕ ਆ, ਪਾ ਦਿੰਨੇ ਆ ਜੀ, ਤਰਪਾਲਾ ਪਈਆਂ, ਤਰਪਾਲਾ ਪਾ ਦਿੰਨੇ ਬਾਈ। ਜੈਟ ਲੱਗੀ ਹੋਈ ਆ ਇਹਦੇ। ਠੀਕ ਆ, ਨੰਬਰ ਵੀ ਲਿਖਿਆ ਹੋਇਆ ਵਾ। ਠੀਕ ਆ, ਠੀਕ ਆ ਬਾਈ। ਇਹ ਹੁਣ ਅੰਮ੍ਰਿਤਸਰ ਲੱਗ ਲਿਆਉਂਦਾ ਇਹ? ਹਾਂਜੀ, ਜੋੜਾ ਹੀ ਉੱਥੋਂ ਲਿਆਂਦਾ ਜੀ ਆਪਾਂ। ਆ ਚਿੱਟੀ ਅੱਖ ਦੀ ਕਬੂਤਰੀ, ਕਾਲੀ ਨੋਕ, ਥੋੜੇ ਲੌਂਗ ਲੈਂਦੀ ਆ। ਆ ਪਾਰਨੇ ਬਾਈ, ਪੰਜੇ ਪੁੰਜੇ ਦੇਖੋ ਬਾਈ। ਹਾਂਜੀ, ਸਵਾਗਤ ਆ ਬਾਈ ਤੁਹਾਡਾ ਸਾਰਿਆਂ ਦਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ। ਮੇਰੇ ਵੱਲੋਂ ਸਾਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਾ ਟੌਪਿਕ ਆਪਾਂ ਕਹਿ ਸਕਦੇ ਹਾਂ ਵੀ ਕਬੂਤਰ ਵਾਲੇ ਭਰਾਵਾਂ ਦੇ ਲਈ ਆ, ਉਹਨਾਂ ਲਈ ਖਾਸ ਹੋਊਗਾ ਜਿਹੜੇ ਕਬੂਤਰ ਬਾਈ ਦਾ ਸ਼ੌਂਕ ਰੱਖਦੇ ਆ। ਇਸ ਵਕਤ ਮੇਰੇ ਨਾਲ ਹੈਗਾ ਪਰਮ ਵੀਰਾ। ਪਰਮ ਵੀਰੇ, ਕੀ ਹਾਲ ਨੇ? ਸਤਿ ਸ਼੍ਰੀ ਅਕਾਲ ਵੀਰੇ, ਸਵਾਗਤ ਆ ਬਾਈ ਤੁਹਾਡਾ ਆਪਣੇ ਚੈਨਲ ਤੇ। ਬਹੁਤ ਬਹੁਤ ਧੰਨਵਾਦ ਵੀਰੇ, ਤੁਹਾਡਾ ਬਹੁਤ ਧੰਨਵਾਦ ਸਾਡੇ ਘਰੇ ਆਉਣ ਲਈ। ਤੇ ਬਾਈ ਸ਼ੁਕਰੀਆ ਬਾਈ ਤੁਸੀਂ ਸਮਾਂ ਦਿੱਤਾ। ਬਾਈ ਹੁਣਾਂ ਦਾ ਹੈਗਾ ਵਾ ਕਬੂਤਰ ਸੇਲ ਪਰਚੇਜ਼ ਦਾ ਕੰਮ ਆ, ਅਤੇ ਬਾਈ ਹੁਣਾਂ ਤੋਂ ਆਪਾਂ ਜਾਣਕਾਰੀ ਲੈਂਦੇ ਹਾਂ ਸਾਰੀ। ਅਤੇ ਆ ਜਾਓ ਆਪਾਂ ਬਾਈ ਹੁਣਾਂ ਦੇ ਪਹਿਲਾਂ ਤੁਹਾਨੂੰ ਜਾਨਵਰ ਦਿਖਾ ਦਈਏ, ਅਤੇ ਬਾਕੀ ਆਪਾਂ ਰੇਟ ਰੂਟ ਬਾਰੇ ਸਾਰਾ ਆਪਾਂ ਬਾਈ ਨੂੰ ਪੁੱਛ ਲੈਂਦੇ ਹਾਂ। ਬਾਈ ਨੇ ਕਾਫੀ ਸਮੇਂ ਤੋਂ ਕਬੂਤਰ ਰੱਖੇ ਆ, ਆਪਾਂ ਕਹਿ ਦਈਏ ਵੀ ਤੁਹਾਡੇ ਬਾਪੂ ਜੀ ਹੁਣਾਂ ਨਹੀਂ ਰੱਖੇ ਹੋਏ ਹੈ ਨਾ? ਹਾਂਜੀ ਵੀਰੇ, ਸ਼ੁਰੂ ਤੋਂ ਰੱਖੇ ਮੇਰੇ ਹਿਸਾਬ ਨਾਲ 90 ਤੋਂ ਪਹਿਲਾਂ ਦੇ ਰੱਖੇ ਆ। 1990 ਤੋਂ ਪਹਿਲਾਂ ਦਾ ਬਾਈ ਕਹਿ ਰਿਹਾ ਵਾ। ਅਤੇ ਬਾਈ ਨਾਲ ਆਪਾਂ ਥੋੜ੍ਹੀਆਂ ਬਹੁਤੀਆਂ ਗੱਲਾਂ ਵੀ ਕਰਾਂਗੇ, ਜਿਵੇਂ ਤਜਰਬੇ ਬਾਰੇ, ਕਬੂਤਰ ਬਾਈ ਦੇ ਤਜਰਬੇ ਬਾਰੇ, ਅਤੇ ਬਾਕੀ ਇਹਨਾਂ ਦਾ ਸੇਲ ਪਰਚੇਜ਼ ਦਾ ਕੰਮ ਆ, ਆਹ ਪਿੱਛੇ ਜਾਨਵਰ ਫਿਰਦੇ ਆ, ਅਤੇ ਇਹਨਾਂ ਬਾਰੇ ਵੀ ਆਪਾਂ ਗੱਲ ਕਰਦੇ ਹਾਂ। ਆਹ ਜਾਨਵਰ ਆ ਬਾਈ ਸਾਰੇ, ਇਹ ਬਾਈ ਲੱਠੇ ਅਤੇ ਸੀਲ ਸਾਰੇ ਆ ਵਿੱਚ? ਹਾਂਜੀ ਵੀਰੇ, ਮਿਕਸ ਹੀ ਆ ਹੈ ਨਾ। ਇਹ ਮੈਨੂੰ ਲੱਗਦਾ ਨਵੇਂ ਆਏ ਆ ਹੈ ਨਾ ਤੁਹਾਡੇ ਕੋਲ? ਹਾਂਜੀ, ਇਹ ਨਵੇਂ ਹੀ ਆਏ ਗਏ, ਲੱਠੇ ਆਏ ਸੀਗੇ 15-20 ਪੀਸ, ਨਵੇਂ ਆਏ ਨੇ ਹਾਲੇ ਜੀ। ਇਹ ਤਾਂ ਹੀ ਨਹੀਂ ਆਪਾਂ ਬਾਹਰ ਛੱਡੇ ਬਾਈ ਨੇ, ਵੀ ਲੱਗੇ ਨਹੀਂ ਹੁੰਦੇ ਤੁਹਾਨੂੰ ਪਤਾ। 2-3 ਜੋੜੇ ਸੀਲ ਦੇ ਵੀ ਨਵੇਂ ਆਏ ਨੇ ਜੀ। ਤੇ ਬਾਈ ਆਪਾਂ ਨੂੰ ਕਿੰਨਾ ਚਿਰ ਹੋ ਗਿਆ, ਜਿਵੇਂ ਤੁਸੀਂ ਦੱਸਦੇ ਹੋ 90 ਤੋਂ, ਤੁਸੀਂ ਕਿੰਨੇ ਟਾਈਮ ਤੋਂ ਇਹ ਸ਼ੌਂਕ ਦੇ ਵਿੱਚ ਹੋ? ਮਤਲਬ ਮੈਂ ਤਾਂ ਜਨਮ ਤੋਂ ਹੀ ਆ, ਮਤਲਬ ਪਲੇ ਹੀ ਇਹਨਾਂ 'ਚ। ਠੀਕ ਆ, ਕਿਉਂਕਿ ਜੰਮਦੇ ਨੇ ਆਪਾਂ ਛੱਡੇ ਨਹੀਂ ਨਾ ਲਗਾਤਾਰ। ਠੀਕ ਆ, ਠੀਕ ਆ, ਠੀਕ ਆ, ਬਾਹਰ ਨਾ ਆ ਜੇ ਕੋਈ ਨਹੀਂ। ਅੱਛਾ, ਆਪਾਂ ਕਹਿੰਦੇ ਹਾਂ ਵੀ ਕਈ ਵਾਰ ਨਾ ਹੁਣ ਘਰਦਿਆਂ ਵੱਲੋਂ ਨਹੀਂ ਕੋਈ ਰੋਕ ਟੋਕ ਹੋਈ, ਜਿਵੇਂ ਚਲੋ ਬਾਪੂ ਜੀ ਹੁਣਾਂ ਨੇ ਤਾਂ ਰੱਖੇ ਸੀਗੇ, ਕਈ ਵਾਰ ਮਾਤਾ ਕਰਨ ਲੱਗ ਜਾਂਦੀ ਹੁੰਦੀ ਵੀ ਨਹੀਂ ਤੂੰ ਪੜ੍ਹਦਾ ਨਹੀਂ ਹੈਗਾ ਕਾਕਾ, ਵੀ ਇੰਨਾ ਧਿਆਨ ਨਾ ਦੇਈਂ? ਨਹੀਂ ਨਹੀਂ ਵੀਰੇ, ਆਪਾਂ ਪੜ੍ਹੇ ਵਧੀਆ ਵਾ। ਠੀਕ ਆ, ਸਟੱਡੀ ਕਿੰਨੀ ਕਰੀ ਆ ਬਾਈ ਆਪਾਂ? ਸਟੱਡੀ ਵੀਰੇ ਮੈਂ ਆਈਐਲਟੀਐਸ ਵੀ ਕੀਤੀ ਹੋਈ ਆ। ਅੱਛਾ, ਤੇ ਆਟੋਮੋਬਾਈਲ ਬੋਡੀ ਪੇਂਟ ਦਾ ਡਿਪਲੋਮਾ ਵੀ ਕੀਤਾ ਹੋਇਆ ਵਾ ਜੀ। ਹਾਂਜੀ, ਹੁਣ ਮਤਲਬ ਕਬੂਤਰ ਵਾਂਗੂ ਤੁਸੀਂ ਵੀ ਕੈਨੇਡਾ ਨੂੰ ਉੱਡ ਜਾਣਾ ਹੈ, ਦੇਖ ਰਹੇ ਆ ਬਾਈ ਲੰਬੀ ਡਾਰ ਜੇ ਹੋਈ ਕਿਰਪਾ ਤਾਂ। ਚਲੋ ਵਧੀਆ, ਮਾਲਕ ਤੁਹਾਡੀ ਮੈਂ ਕਹਿੰਦਾ ਹਰ ਮੁਰਾਦ ਪੂਰੀ ਕਰੇ। ਤੇ ਬਾਕੀ ਆਪਣਾ ਕੀ ਕਹਿੰਦੇ ਆ, ਜਿਵੇਂ ਇੱਕ ਨਾ ਬਈ ਅੱਜ ਕੱਲ੍ਹ ਨਵੇਂ ਕਬੂਤਰਬਾਜ਼ ਹੁੰਦੇ ਆ, ਜਿਵੇਂ ਉਹਨਾਂ ਨੂੰ ਕਈ ਵਾਰ ਹੁਣ ਰੱਖ ਤਾਂ ਲੈਂਦੇ ਆ ਵਿਚਾਰੇ ਸ਼ੌਂਕ ਸ਼ੌਂਕ 'ਚ, ਅਤੇ ਕਈ ਵਾਰ ਨਾ ਉਹਨਾਂ ਨੂੰ ਦਿੱਕਤਾਂ ਆਉਂਦੀਆਂ ਨੇ ਬਈ ਕਬੂਤਰਬਾਜ਼, ਜਿਵੇਂ ਹੁਣ ਮੰਨ ਲਓ ਬਿਮਾਰੀ, ਕੋਈ ਦਾਣਾ ਫੱਕਾ, ਉਹ ਕੀ ਦੇਣ? ਮਤਲਬ ਮੰਨ ਲਓ ਹੁਣ ਜਿਵੇਂ ਅਪ੍ਰੈਲ ਦਾ ਮਹੀਨਾ ਚੱਲਦਾ ਪਿਆ, ਇਹ ਮਹੀਨਾ ਹੁਣ ਗਰਮੀ ਵਾਲਾ ਸ਼ੁਰੂ ਹੋ ਜਾਣਾ, ਅਤੇ ਇਹਦੇ ਆਹ ਮਹੀਨੇ ਦੇ ਵਿੱਚ ਕੀ ਕੀ ਦਾਣਾ ਪਾਉਣਾ ਚਾਹੀਦਾ, ਕੀ ਕੀ ਖਿਆਲ ਰੱਖਣਾ ਚਾਹੀਦਾ ਜਿੰਨਾ ਕਬੂਤਰ ਆਪਣੇ ਤੰਦਰੁਸਤ ਰਹਿਣ? ਆਪਾਂ ਤਾਂ ਵੀਰੇ ਭਿਉਂਕੇ ਪਾਉਂਦੇ ਦਾਣਾ। ਠੀਕ ਆ, ਮਤਲਬ ਨਾਲੇ ਇੱਕ ਤਾਂ ਸਾਫ਼ ਹੋ ਜਾਂਦਾ ਵਾ ਜੀ, ਨਾਲੇ ਕਣਕ ਦੀ ਤਸੀਰ ਥੋੜ੍ਹੀ ਗਰਮ ਹੁੰਦੀ ਆ। ਠੀਕ ਆ, ਉਹ ਥੋੜ੍ਹੀ ਠੰਡੀ ਹੋ ਜਾਂਦੀ ਆ ਜੀ, ਨਾਲੇ ਇਹਨਾਂ ਨੂੰ ਪਚਾਉਣ 'ਚ ਵੀ ਥੋੜ੍ਹੀ ਦਿੱਕਤ ਨਹੀਂ ਆਉਂਦੀ। ਹਾਂਜੀ ਹਾਂਜੀ, ਕਿ ਪਚਾ ਵੀ ਆਰਾਮ ਨਾਲ ਲੈਂਦੇ ਨੇ ਜੀ, ਨਾਲੇ ਕਣਕ 'ਚ ਥੋੜ੍ਹਾ ਪਾਣੀ ਭਰ ਜਾਂਦਾ ਵਾ। ਠੀਕ ਆ, ਅਤੇ ਆਰਾਮ ਨਾਲ ਡਿਜੈਸਟ ਹੋ ਜਾਂਦਾ ਇਹਨਾਂ ਦੇ। ਅਤੇ ਸਰੋਂ ਸੁਰੋਂ ਪਾਉਂਦੇ ਹੋ? ਹਾਂਜੀ, ਸਰੋਂ ਵੀ ਪਾਉਂਦੇ ਆਪਾਂ। ਠੀਕ ਆ, ਸਰੋਂ ਪਾਉਂਦੇ ਆ ਥੋੜ੍ਹੀ ਠੰਡ ਟਾਈਮ। ਠੀਕ ਆ, ਅਤੇ ਇੱਕ ਇਹਨਾਂ ਦੇ ਪਰਾਂ ਨੂੰ ਕੀੜੇ ਲੱਗ ਜਾਂਦੇ ਹੁੰਦੇ ਆ? ਉਹ ਪਾਊਡਰ ਹੁੰਦਾ ਜੀ। ਹਾਂਜੀ, ਉਹ ਪਾਊਡਰ ਵੀ ਨਾ, ਇੱਕ ਲਾਲ ਦਵਾਈ ਆਉਂਦੀ ਆ। ਹਾਂਜੀ ਹਾਂਜੀ, ਉਹ ਲਾਲ ਦਵਾਈ ਬਸ ਨਹਾਉਣ ਟਾਈਮ ਇਹਨਾਂ ਦੇ ਪਾ ਦਿਓ। ਠੀਕ ਆ, ਜਾਂ ਉਦਾਂ ਗਲੇ ਫੜ ਫੜ ਕੇ ਡਬੋ ਡਬੋ ਕੇ ਨਵਾ ਦਿਓ। ਠੀਕ ਆ, ਵੈਸੇ ਤਾਂ ਗਰਮੀ 'ਚ ਆਪਾਂ ਕਹਿੰਦੇ ਤਸਲਾ ਰੱਖ ਦਈਏ, ਉਹ 'ਚ ਆਪ ਹੀ ਨਹਾਉਣ ਲੱਗ ਜਾਂਦੇ ਆ। ਆਪ ਵੀ ਮਾੜੀ ਮੋਟੀ ਪੀ ਲੈਣ, ਕੋਈ ਚੱਕਰ ਨਹੀਂ ਹੁੰਦਾ। ਠੀਕ ਆ, ਕੋਈ ਉਹ ਖਰਾਬੀ ਨਹੀਂ ਕਰਦੀ ਜੀ। ਹਾਂਜੀ, ਠੀਕ ਆ। ਕੀੜੇ ਜਿਹੜੇ ਮਾੜੇ ਮਾਟੇ ਛੋਟੇ ਛੋਟੇ ਹੁੰਦੇ ਨੇ ਜਾਂ ਮੱਖੀਆਂ ਮੁੱਖੀਆਂ ਹੁੰਦੀਆਂ, ਸਭ ਮਰ ਜਾਂਦੀਆਂ ਉਹਨਾਂ ਦਾਲ ਦਵਾਈ ਨਾਲ। ਤੇ ਇਹਨਾਂ ਦੀ ਸਾਂਭ ਸੰਭਾਲ ਤੁਸੀਂ ਕਰਦੇ ਹੋ?
ਤੇ ਵੈਸੇ ਦੇਖਣ ਤੋਂ ਲੱਗਦਾ ਨਹੀਂ ਜਿਵੇਂ ਹੁਣ ਮੈਂ ਕਈ ਵਾਰ ਦੇਖਿਆ ਕਬੂਤਰ ਵਾਲੇ ਭਰਾ ਹੁੰਦੇ ਜਿਹੜੇ ਉਹਨਾਂ ਦੇ ਰੰਗ ਪੱਕੇ ਹੋਏ ਹੁੰਦੇ ਆ ਧੁੱਪੇ ਰਹਿ ਰਹਿ ਕੇ ਥੋੜਾ ਰੰਗ ਚ ਬਹੁਤ ਫਰਕ ਆ ਬਸ ਵੀਰੇ ਪਤਾ ਨਹੀਂ ਕੀ ਚੱਕਰ ਆ ਠੀਕ ਆ ਮੈਂ ਰਹਿਣਾ ਵੀ ਜ਼ਿਆਦਾਤਰ ਕਬੂਤਰਾਂ ਚ ਹੀ ਆ ਠੀਕ ਆ ਤਾਂ ਵੀ ਫਰਕ ਉਡਾਉਨੇ ਉਡਾਉਨੇ ਹੋ ਤੁਸੀਂ ਹਾਂਜੀ ਵੀਰੇ ਉਹ ਪਰਲੀ ਸਾਈਡ ਆਪਣੇ ਉਡਾਉਣ ਵਾਲੇ ਵੀ ਕਬੂਤਰ ਨੇ ਇੱਧਰ ਬਾਈ ਨੇ ਆ ਸੇਲ ਕਰਨ ਵਾਸਤੇ ਰੱਖੇ ਹੋਏ ਆ ਉਹ ਦੇਖੋ ਅੱਡਾ ਲਾਇਆ ਹੋਇਆ ਅੱਛਾ ਥੱਲੇ ਵੀ ਬੈਠੇ ਆ ਹਾਂਜੀ ਉਹ ਖੁੱਲੇ ਰਹਿੰਦੇ ਆ ਸਾਰਾ ਦਿਨ ਹੈ ਸਾਰੀ ਜੜੀ ਖੁੱਲੇ ਰਹਿੰਦੇ ਨੇ ਵੀਰੇ ਤੇ ਆ ਇੱਧਰ ਬਾਈ ਆ ਦੇਖੋ ਕਬੂਤਰ ਹਨਾ ਪੂਰੇ ਮਸਤ ਮਸਤ ਮੋਰਾ ਬਣਿਆ ਆ ਉਹ ਲਿਆਂਦਾ ਸੀ ਵੀਰੇ ਆਪਾਂ ਬਾਰਡਰ ਤੋਂ ਅੱਛਾ ਆ ਸ਼ਾਹ ਜੀ ਨਾ ਹਾਂਜੀ ਇਹ ਜੋੜਾ ਹੀ ਲਿਆਂਦਾ ਸੀਗਾ ਆਪਾਂ ਠੀਕ ਆ ਬਾਈ ਹਾਂਜੀ ਕਬੂਤਰੀ ਢਿੱਲੀ ਹੋ ਗਈ ਸੀਗੀ ਆਂਡੇ ਰੱਖ ਕੇ ਨਾ ਜੀ ਤੇ ਠੰਡ ਲੱਗ ਗਈ ਉਹਨੂੰ ਠੀਕ ਆ ਜਮਾਂ ਹੀ ਬਹਿ ਗਈ ਸੀ ਉਹ ਤੋਂ ਉੱਠਿਆ ਹੀ ਨਹੀਂ ਜਾਂਦਾ ਸੀਗਾ ਦੁਬਾਰਾ ਦਵਾਈਆਂ ਬਹੁਤ ਦਿੱਤੀਆਂ ਪਰ ਸੈੱਟ ਨਹੀਂ ਹੋਈ ਜੀ ਆ ਕਬੂਤਰ ਆ ਬਾਈ ਦੇਖੋ ਬਾਰਡਰ ਪਾਰ ਦਾ ਬਾਈ ਹਾਂਜੀ ਆ ਇਹਦੇ ਚਿੱਟ ਵੀ ਲੱਗੀ ਆ ਇਹ ਆ ਦਿਖਾਉਣਾ ਬਾਈ ਚਿੱਟ ਲੱਗੀ ਹੋਈ ਆ ਇਹਦੇ ਠੀਕ ਆ ਨੰਬਰ ਵੀ ਲਿਖਿਆ ਹੋਇਆ ਠੀਕ ਆ ਬਾਈ ਇਹ ਹੁਣ ਅੰਮ੍ਰਿਤਸਰ ਲੱਗ ਲਿਆਉਂਦਾ ਇਹ ਹਾਂਜੀ ਜੋੜਾ ਹੀ ਉੱਥੋਂ ਲਿਆਂਦਾ ਸੀ ਆਪਾਂ ਠੀਕ ਆ ਬਾਈ ਤੇ ਇਹ ਸੇਲ ਵਾਸਤੇ ਆ ਵੀਰੇ ਇਹ ਸੇਲ ਵਾਸਤੇ ਨਹੀਂ ਆਪਾਂ ਰੱਖਿਆ ਹੋਇਆ ਵਾ ਇਹ ਆਪਦੇ ਲਈ ਰੱਖੇ ਸ਼ੌਂਕ ਨੂੰ ਇਹ ਆਪ ਰੱਖਿਆ ਲਿਆਂਦਾ ਸੀ ਸਪੈਸ਼ਲ ਠੀਕ ਆ ਬਾਈ ਤੇ ਹੁਣ ਇਹਨਾਂ 'ਚ ਸੇਲ ਕਰਨ ਵਾਲੇ ਕਿਹੜੇ ਕਿਹੜੇ ਆ ਬਾਈ ਸੇਲ ਕਰਨ ਵਾਲੇ ਵੀਰੇ ਮੇਨ ਤਾਂ ਆਹੀ ਨੇ ਜੀ ਹਾਂਜੀ ਇਹ ਹੈਗੇ ਆ 350 ਰੁਪਏ ਪਰ ਨੂੰ ਜਿਹੜਾ ਮਰਜ਼ੀ ਠੀਕ ਆ ਬਾਈ ਲਓ ਲਾਲ ਚੀਨਾ ਚਿੱਟੀ ਅੱਖ ਦਾ ਤੇ ਕਾਲੀ ਨੂਕ ਆ ਬਾਈ ਤੇ ਪੰਜੇ ਚੈੱਕ ਕਰਾਇਓ ਬਾਈ ਪੰਜੇ ਵੀ ਕਾਲੇ ਠੀਕ ਆ ਬਾਈ ਇਹ ਲੱਠਿਆਂ ਚ ਕੀ ਸੀਲ ਆ ਬਾਈ ਨਹੀਂ ਸੀਲ ਆ ਵੀਰੇ ਜੋੜਾ ਹੀ ਹੈ ਕਬੂਤਰੀ ਇਹਦੀ ਆ ਰਹੀ ਕਬੂਤਰੀ ਬਾਈ ਆ ਰਹੀ ਆ ਇਹਦੀ ਲਾਲ ਚੀਨੀ ਠੀਕ ਆ ਬਾਈ ਚਿੱਟੀਆਂ ਦੀ ਇਹ ਕਿੰਨੇ ਦਾ ਬਾਈ ਇਹ ਸਿਰਫ 350 ਰੁਪਏ ਨਗ ਵੀਰੇ 350 ਜੋੜਾ ਜੇ ਲੈਣਾ ਹੋਵੇ ਜੋੜਾ 700 ਰੁਪਏ ਠੀਕ ਆ ਬਾਈ ਤੇ ਹੋਰ ਇਦੋਂ ਇਲਾਵਾ ਕੋਈ ਆ ਕਬੂਤਰ ਚੱਕਿਓ ਲੱਠਾ ਜੋੜਾ ਹੀ ਆ ਵੀਰੇ ਆ ਵੀ ਜੋੜਾ ਹੀ ਆ ਹਾਂਜੀ ਇਹ ਕਬੂਤਰੀ ਆ ਉਹ ਇਹਦਾ ਕਬੂਤਰ ਹੈ ਜੀ ਉਹ ਕਬੂਤਰ ਸੀ ਬਾਈ ਬੋਦੀ ਵਾਲਾ ਆ ਵੀ ਬੋਦੀ ਵਾਲੀ ਕਬੂਤਰੀ ਆ ਠੀਕ ਆ ਬਾਈ ਇਹ ਮਲੇਰਕੋਟ ਦੇ ਤੋਂ ਆਇਆ ਬਾਈ ਇਹ ਵੀਰੇ ਆਏ ਸੀਗੇ ਜਸਪਾਲ ਬਾਂਗਰ ਤੋਂ ਪਿੰਡੋਂ ਰੱਖੇ ਸੀਗੇ ਬੰਦੇ ਨੇ ਸਪੈਸ਼ਲ ਠੀਕ ਆ ਬਾਈ ਉਹਨਾਂ ਨੇ ਇਦਾਂ ਸ਼ੌਂਕ ਨੂੰ ਰੱਖੇ ਸੀਗੇ ਜੀ ਹਾਂਜੀ ਬਾਹਰ ਉਹਨਾਂ ਦਾ ਫਾਰਮ ਹਾਊਸ ਸੀਗਾ ਉੱਥੇ ਫਿਰਦੇ ਰਹਿੰਦੇ ਸੀਗੇ ਠੀਕ ਆ ਬਾਈ ਹਾਂਜੀ ਉਹਨਾਂ ਨੇ ਜਾਣਾ ਸੀਗਾ ਹੁਣ ਬਾਹਰ ਕਿਤੇ ਠੀਕ ਆ ਬਾਈ ਉਸ ਚੱਕਰ ਦੇ ਫਿਰ ਉਹਨਾਂ ਨੂੰ ਦੇਣੇ ਪਏ ਸੇਲ ਕਰਤੇ ਬਾਈ ਹਾਂਜੀ ਤੇ ਕਾ ਨੀਲੀ ਚੱਕ ਕੇ ਦਿਖਾਇਓ ਬਾਈ ਕਬੂਤਰੀ ਹੈ ਕਬੂਤਰ ਆ ਆ ਵੀ ਨੀਲਾ ਬਾਈ ਚੈੱਕ ਕਰੋ ਅੱਖ ਤੇ ਨੋਕ ਦੇਖੋ ਬਾਈ ਇਹਦੀ ਪਰ ਉਹਦੇ ਆ ਰਹੇ ਆ ਨਵੇਂ ਤੇ ਆ ਪੰਜੇ ਆ ਬਾਈ ਇਹਦੇ ਨੜੀ ਬੰਦਾ ਨੜੀ ਬੰਦਾ ਛੱਡਿਓ ਬਾਈ ਠੀਕ ਆ ਬਾਈ ਤੇ ਆ ਬਾਈ ਸਾਰੇ ਚੈੱਕ ਕਰ ਲਓ ਇਹ 350 ਰੁਪਏ ਨਾਗ ਆ ਬਾਈ ਜਿਹੜਾ ਮਰਜ਼ੀ ਲੈ ਜਾ ਸਕਦਾ ਤੇ ਆ ਰਹੇ ਕਬੂਤਰ ਬਾਈ ਬੱਚੇ ਵੀ ਕੱਢੇ ਪਏ ਤੇ ਅੱਛਾ ਹੁਣ ਜਿਵੇਂ ਹੁਣ ਆ ਬੱਚੇ ਆ ਇਹ ਹੁਣ ਮੰਨ ਲਓ ਇਹ ਨਾ ਆਹੀ ਕਬੂਤਰਾਂ ਦੇ ਆ ਹਾਂਜੀ ਇਹ ਕਬੂਤਰਾਂ ਦੇ ਆ ਠੀਕ ਆ ਤੇ ਇਹ ਫਿਰ ਹੁਣ ਮੰਨ ਲਓ ਸੇਲ ਨਾਲ ਹੀ ਕਰੋਗੇ ਵੀ ਵੈਸੇ ਤਾਂ ਮੈਂ ਕਰਦਾ ਨਹੀਂ ਹੁੰਦਾ ਉਹਨੇ ਚਿਰ ਜਿੰਨੇ ਚਿਰ ਬੱਚਾ ਪਲਦਾ ਪਿਆ ਵਾ ਠੀਕ ਆ ਬਾਈ ਉਹਨਾਂ ਚਿਰ ਮੈਂ ਕਰਦਾ ਨਹੀਂ ਹੁੰਦਾ ਸੇਲ ਜੀ ਜੇ ਫਿਰ ਵੀ ਕੋਈ ਚੱਕਰ ਹੁੰਦਾ ਵਾ ਮੈਨੂੰ ਇੰਨਾ ਕੁ ਤਾਂ ਹੈਗਾ ਚਲੋ ਮੈਂ ਜੇ ਕੋਈ ਰਿਸਪੌਂਸਿਬਿਲਟੀ ਲੈ ਲਵੇ ਵੀ ਹਾਂ ਮੈਂ ਪਾਲ ਦੂੰਗਾ ਹਨਾ ਵੀ ਦੇ ਦਿੰਦਾ ਵਾ ਨਹੀਂ ਤਾਂ ਮੈਂ ਆਪ ਵੀ ਪਾਲ ਲੈਣਾ ਹੁੰਦਾ ਵਾ ਆਪਣੇ ਮੂੰਹ ਨਾਲ ਨਹੀਂ ਮੂੰਹ ਨਾਲ ਹੀ ਪਾਲਦਾ ਜਿਵੇਂ ਕਈਆਂ ਨੂੰ ਤਜਰਬਾ ਨਾ ਮੂੰਹ ਨਾਲ ਪਾਲਦੇ ਆ ਜਿਵੇਂ ਹੁਣ ਤੁਸੀਂ ਖਰੀਦਦੇ ਹੋ ਕਬੂਤਰ ਤੁਸੀਂ ਜਾਣਦੇ ਹੋਵੋਗੇ ਬਹੁਤ ਜਿਵੇਂ ਤੁਸੀਂ ਕਹਿੰਦੇ ਹੋ ਤਜਰਬਾ ਵਾ ਤੁਸੀਂ ਜਦੋਂ ਮੰਨ ਲਓ ਕਿਸੇ ਛੱਤ ਤੇ ਜਾਂਦੇ ਹੋ ਸਭ ਤੋਂ ਪਹਿਲੀ ਚੀਜ਼ ਕੀ ਦੇਖਦੇ ਹੋ ਖਰੀਦਣ ਲੱਗੇ ਕਬੂਤਰ ਦੀ ਮਤਲਬ ਕੀ ਪਰਖ ਕਰਦੇ ਹੋ ਕਬੂਤਰ ਦੀ ਪਹਿਲਾਂ ਨਸਲ ਦੇਖਦੇ ਆ ਜੀ ਹਾਂ ਵੀ ਕੋਈ ਕੰਮ ਦਾ ਹੈਗਾ ਵਾ ਠੀਕ ਹੈ ਹਾਂਜੀ ਪਹਿਲਾਂ ਤਾਂ ਮੇਨ ਤਾਂ ਕਬੂਤਰ ਦੇਖਦੇ ਆ ਹਾਂ ਵੀ ਕੁਝ ਬਿਮਾਰੀ ਚ ਤਾਂ ਨਹੀਂਗਾ ਬਿਮਾਰੀ ਜੀ ਕੀ ਹੋਰ ਨਾ ਆਪਾਂ ਬਿਮਾਰੀ ਵਾਲਾ ਚੱਕ ਲਈ ਆਪਣੇ ਸਾਰੇ ਰੋੜ ਦੇਵੇ ਹਾਂਜੀ 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 ਕਿਉਂਕਿ ਜ਼ਿਆਦਾਤਰ ਲੋਕੀ ਇਸ ਤਰ੍ਹਾਂ ਹੀ ਵੇਚਦੇ ਆ ਜਦੋਂ ਬਿਮਾਰੀ ਪੈ ਜਾਂਦੀ ਆ ਬਿਮਾਰੀ ਪੈਣ ਵਾਲੀ ਹੁੰਦੀ ਸਾਈਡ ਤੇ ਕਰਕੇ ਵੀ ਬਈਆ ਵੇਚਣੇ ਆ ਜਾਂ ਰਾਤ ਨੂੰ ਲਿਆਉਂਦੇ ਨੇ ਵੇਚਣ ਨੂੰ ਠੀਕ ਆ ਬਈ ਆ ਵੇਚਣੇ ਨੇ ਠੀਕ ਆ ਜੇ ਇੰਨਾ ਕਿ ਤਾਂ ਚਲੋ ਆਪਾਂ ਨੂੰ ਹੈਗਾ ਵਾ ਆਪਾਂ ਕਬੂਤਰ ਨਾਲ ਹੀ ਪਰਖ ਲਈਦਾ ਕਿ ਹਾਂ ਵੀ ਕਬੂਤਰ ਚਾਹ ਨੁਕਸਾ ਜੀ ਬਿਮਾਰੀ ਜਾਂ ਤਾਂ ਇਹ ਨਾ ਹਰੀਆਂ ਬਿੱਠਾਂ ਕਰਨ ਲੱਗ ਪੈਂਦੇ ਆ
ਠੀਕ ਆ ਕੋਈ ਟਾਈਪ ਮਤਲਬ ਪਾਣੀ ਵਾਲੀ ਬਿਠਾ ਸਮਝ ਗਿਆ ਉਹ ਤੋਂ ਪਤਾ ਲੱਗਦਾ ਵੀ ਕਬੂਤਰਾ ਬਿਮਾਰ ਆ ਜੀ ਜਿਹੜਾ ਸਹੀ ਕਬੂਤਰ ਹੋਊਗਾ ਉਹਨੇ ਥੋੜੀ ਹਾਰਡ ਬਿਠ ਕਰਨੀ ਆ ਠੀਕ ਆ ਬਈ ਡਿਗਦੇ ਸਾਰ ਜੰਮ ਜਾਂਦੀ ਆ ਠੀਕ ਆ ਬਈ ਜਿਹੜਾ ਬਿਮਾਰ ਕਬੂਤਰ ਹੋਊਗਾ ਉਹਨੇ ਥੋੜੀ ਪਾਣੀ ਵਾਲੀ ਬਿਠ ਕਰਨੀ ਆ ਉਹਨੇ ਥੋੜਾ ਕੁੱਬ ਹੋ ਕੇ ਬਹਿਣਾ ਕੁੱਬਾ ਜਾ ਹੋ ਕੇ ਬਹਿ ਜਾਣਾ ਜੀ ਠੀਕ ਆ ਜਾ ਹੋ ਕੇ ਬਹਿਣਾ ਵਾ ਠੀਕ ਆ ਬਈ ਤੇ ਬਾਕੀ ਹੁਣ ਇੱਧਰ ਜਿਹੜੇ ਜੋੜੇ ਆ ਇੱਧਰ ਇਹਨਾਂ ਬਾਰੇ ਵੀ ਵੇਰਵਾ ਪਾਓ ਬਈ सारे बी कबूतर सारे तीन सौ रुपए नागा बरे ਇਹੋ ਜਿਹੜਾ ਮਰਜ਼ੀ ਲੈ ਕੇ ਜਾ ਸਕਦੇ ਹੋ ਤੁਸੀਂ ਐ ਵੀਰੇ ਇੱਕ ਆਹ ਚੱਕ ਕੇ ਦਿਖਾਇਓ ਆ ਬੱਗਾ ਕਾਲੇ ਮਕੂਆ ਜਿਹੜਾ ਜੋੜਾ ਹੀ ਆ ਆ ਦੇਖੋ ਬਈ ਮਕੂਆ ਕਬੂਤਰ ਆ ਤੇ ਕਬੂਤਰ ਦਾ ਕੱਦ ਕਾਟ ਵੀ ਕਾਫੀ ਲੰਬਾ ਆ ਚਿੱਟੇ ਪੰਜੇ ਆ ਗਏ ਛੱਡਿਓ ਬਈ कबूतरी दिखायो बी अख दी कबूतरी काली नूक लौंग लेंदी आ ते आ पारने बई पंजे पुंजे देखो बई ये 300 रुपए है बई हां जी ते आ उत्ते बई अपने तो इदा ना आंदे रहंदे ने नाल दी नाल सेल हुंदे रहंदे ने जी पिंडा पिंडा चो आ जांदी गेमां आ जांदियां ने ज्यादातर गेमां ही आंदियां ने पिंडा च वीरे ठीक है बई ते हुण जिवें कित केड़े केड़े पिंडा च जाए उन्हें अपने मान लो लुधियाने तो बाहर किथे किथे जाए उन्हें तुसीं कबूतर लैण वास्ते मैं वीरे चमकौर साहब तो आंदे अपने ज्यादातर कबूतर जी ते इक हैगा वा राड़ा साहब कोल पिंड उत्थों आंदे ने अपने कबूतर ठीक है बई इक नाम होर पिंड दा सीगा उहदा नाम चेता भुल गया जी जी ਮੋਗੇ ਕੋਲਾ ਪਿੰਡ ਠੀਕ ਆ ਬਾਈ ਉਹ ਕਬੂਤਰ ਆਂਦੇ ਜਿਹੜੇ ਫੈਂਸੀ ਫੁੰਸੀ ਨੇ ਜ਼ਿਆਦਾਤਰ ਹੁਣ ਪਿੱਛੇ ਸੈਂਟੀਨੇਟ ਵਗੈਰਾ ਆਏ ਸੀਗੇ ਜੀ ਸੈਂਟੀਨੇਟ ਵੱਡੇ ਵੱਡੇ ਉਹ ਸਰਾਜੀ ਕਬੂਤਰ ਆਏ ਸੀਗੇ ਪਾਊਡਰ ਕਹਿੰਦੇ ਜਿਨ੍ਹਾਂ ਨੂੰ ਜਾਂ ਜਿਨ੍ਹਾਂ ਗਾਲਾ ਜਾਂ ਬਾਹਰ ਨੂੰ ਹੁੰਦਾ ਪਾਊਡਰ ਹੁੰਦੇ ਪਰ ਆਪਣੇ ਕੋਲ ਸਰਾਜੀ ਆਏ ਸੀਗੇ ਲਾਹੌਰੀ ਸਰਾਜੀ ਠੀਕ ਆ ਵੱਡੀ ਵੱਡੀ ਮੋਹ ਸੀਗੀ ਜੀ ਤੇ ਦੋ ਚਾਰ ਹੋਰ ਫੈਂਸੀ ਆਏ ਸੀਗੇ ਨੰਨ ਪੀਜਨ ਆਏ ਸੀਗੇ ਜੀ ਤੇ ਉਹ ਆਪਾਂ ਨੂੰ ਫੈਂਸੀ ਜ਼ਿਆਦਾ ਉਧਰ ਮੋਗੇ ਵਾਲੀ ਸਾਈਡ ਤੋਂ ਆਉਂਦੇ ਮੋਗੇ ਮੁਕਸਰ ਕੰਨੀ ਜ਼ਿਆਦਾ ਸ਼ੌਂਕ ਆ ਉਹਨਾਂ ਦਾ ਹਾਂ ਜੀ ਉਹ ਫੈਂਸੀ ਉਧਰ ਜ਼ਿਆਦਾ ਰੱਖਦੇ ਨੇ ਉਧਰੋਂ ਆਏ ਸੀਗੇ ਫੈਂਸੀ ਠੀਕ ਆ ਬਾਈ ਤੇ ਮੰਨ ਲਓ ਹੁਣ ਤੁਸੀਂ ਫੈਂਸੀ ਕਬੂਤਰਾਂ ਦੀ ਗੱਲ ਕੀਤੀ ਆ ਬਾਈ ਉਹ ਕਿੰਨੇ ਕਿ ਦੇ ਮਿਲ ਜਾਂਦੇ ਆ ਉਹ ਕੀ ਰੇਟ ਮਿਲ ਜਾਂਦੇ ਆ ਉਹ ਵੀਰੇ ਹੱਦ ਆਪਾਂ 2000 ਜਾਂ 1500 ਜੋੜਾ ਨਿਕਲ ਜਾਂਦਾ ਆਪਣਾ ਉਹ 2000 ਦਾ ਹਾਂਜੀ ਠੀਕ ਆ ਬਾਈ ਹੁਣ ਮੰਨ ਲਓ ਜੇ ਆ ਵੀਡੀਓ ਦੇਖ ਕੇ ਤੁਹਾਡੀ ਹਾਂਜੀ ਕਿਸੇ ਨੇ ਡਿਮਾਂਡ ਕੀਤੀ ਤਾਂ ਉਹ ਪੂਰੀ ਕਰ ਸਕਦੇ ਹੋ ਹਾਂਜੀ ਕੋਈ ਨਹੀਂ ਵੀਰੇ ਕਰ ਦਾਂਗੇ ਆਪਾਂ ਜੀ ਤਾਂ ਲਿੰਕ ਹੈਗੇ ਆਪਾਂ ਦਵਾ ਦਾਂਗੇ ਕੋਈ ਚੱਕਰ ਨਹੀਂ ਤੇ ਆਪਣਾ ਵੀਰੇ ਤੁਹਾਨੂੰ ਮੰਨ ਲਓ ਕਿਸੇ ਨੇ ਕੰਟੈਕਟ ਕਰਨਾ ਹੋਵੇ ਤੁਹਾਡੇ ਤੱਕ ਪਹੁੰਚ ਕਰਨੀ ਆ ਹਾਂਜੀ ਉਹ ਕੰਟੈਕਟ ਨੰਬਰ ਆਪਣਾ ਆਪਣਾ ਵੀਰੇ ਕੰਟੈਕਟ ਨੰਬਰ ਹੈਗਾ 9888 ਜੀ 55 ਜੀ 63 ਠੀਕ ਹੈ ਜੀ ਠੀਕ ਹੈ ਜੀ ਇਹਨਾਂ ਤੋਂ ਇਲਾਵਾ ਹੋਰ ਕਬੂਤਰ ਮੰਨ ਲਓ ਜੇ ਕਿਸੇ ਹੋਰ ਕਿੰਨੇ ਮੰਨ ਲਓ ਆ ਵਿਕ ਗਏ ਹਾਂਜੀ ਕਿੰਨੇ ਕੁ ਟਾਈਮ ਬਾਅਦ ਆ ਜਾਂਦੇ ਤੁਹਾਡੇ ਕੋਲ ਹੋਰ ਆਪਣੇ ਕੋਲ ਵੀਰੇ ਆਉਂਦੇ ਹੀ ਰਹਿੰਦੇ ਨੇ ਜੀ ਜਿਹਦਾ ਖਤਮ ਹੋਣ ਵਾਲੇ ਆ ਹੁਣ ਫਿਰ ਸੱਦ ਲੈਨੇ ਆਪਾਂ ਬੰਦੇ ਕੋਲ ਜਿੰਨਾ ਕੋਲ ਹੁੰਦੇ ਨੇ ਹੁਣ ਜਿਵੇਂ ਸੀਜ਼ਨ ਦਾ ਟਾਈਮ ਚੱਲ ਰਿਹਾ ਹਨਾ ਹਾਂਜੀ ਹੁਣ ਤਾਂ ਸੀਜ਼ਨ ਚੱਲ ਪਿਆ ਹੁਣ ਤਾਂ ਬਹੁਤ ਕਬੂਤਰ ਆਉਣਾ ਜੀ ਹਾਂਜੀ ਆ ਹੁਣ ਥੋੜਾ ਸੀਜ਼ਨ ਬੰਦ ਸੀਗਾ ਜੀ ਤੇ ਅੜਾਈਆਂ ਹਲੇ ਚੱਲ ਹੋਈਆਂ ਠੀਕ ਹੈ ਕਬੂਤਰ ਨਹੀਂ ਆ ਰਿਹਾ ਹਲੇ ਹੁਣ ਬਸ ਹੁਣ ਚਾਲੂ ਹੋ ਜਾਣੇ ਆ ਕਬੂਤਰ ਆਉਣੇ ਹੁਣ ਜਿਵੇਂ ਤੁਸੀਂ ਕਹਿੰਦੇ ਹੋ ਵੀ ਗੇਮ ਹੀ ਆਉਂਦੀ ਆ ਪਿੰਡਾਂ ਤੋਂ ਪਿੰਡ ਹਨਾ ਇਕੱਠੇ ਕਬੂਤਰ ਹੁਣ ਕਈਆਂ ਦੇ ਚੰਗੇ ਜੋੜੇ ਵੀ ਆ ਜਾਂਦੇ ਆ ਤੇ ਉਹ ਕਦੇ ਐ ਨਹੀਂ ਹੋਇਆ ਵੀ ਆਪਾਂ ਆ ਜੋੜਾ ਯਾਰ ਸਾਈਡ ਤੇ ਕੱਢ ਲਈਏ ਵੀ ਯਾਰ ਆਪਾਂ ਵੀ ਆਪਾਂ ਵੀ ਤੇ ਸਾਰੇ ਕਬੂਤਰ ਫੇਲ ਕਰ ਦੇਈਦੇ ਆ ਠੀਕ ਆ ਆ ਇਸ ਕਰਕੇ ਆਪਣੇ ਕੋਲ ਇੰਨੇ ਬੰਦੇ ਜੁੜੇ ਹੋਏ ਨੇ ਚੰਗੇ ਕਬੂਤਰ ਗਏ ਆ ਚੰਗੇ ਕਬੂਤਰ ਬਾਅਦ ਜੁੜੇ ਹੋਏ ਨੇ ਜਿਹੜੇ ਚੰਗੇ ਚੰਗੇ ਉਹਨਾਂ ਨੂੰ ਪਤਾ ਚੰਗਾ ਕਬੂਤਰ ਆਪਣੇ ਕੋਲ ਹੀ ਮਿਲਦਾ ਵੀਰੇ ਠੀਕ ਆ ਬਈ ਹਾਂ ਸਿੱਧਾ ਆਪਣੇ ਕੋਲ ਆਉਂਦੇ ਨੇ ਤੇ ਇੱਕ ਮੈਂ ਤੁਹਾਨੂੰ ਆਫ ਕੈਮਰਾ ਗੱਲ ਪੁੱਛੀ ਸੀ ਵੀ ਤੁਸੀਂ ਹੁਣ ਤੱਕ ਕਿੰਨੇ ਕਬੂਤਰ ਸੇਲ ਕਰਤੇ ਹੋਗੇ ਅੰਦਾਜ਼ਾ ਵੱਧ ਹੀ ਕਰਤਾ ਹੋਣਾ ਘੱਟ ਘੱਟ ਨੇ 6-7000 ਤੋਂ ਵੱਧ ਹੀ ਕਬੂਤਰ ਸੇਲ ਕਰਤਾ ਹੋਣਾ ਹੁਣ ਤੱਕ ਅੱਛਾ ਜੀ ਕਿਉਂਕਿ ਆਪਣੇ ਯੂਪੀ ਜਾਪੀ ਤੋਂ ਵੀ ਲਿੰਕ ਜੁੜੇ ਹੋਏ ਨੇ ਜਿੱਦਾਂ ਆਪਾਂ ਵੀਡੀਓ ਪਾ ਦਿੰਨੇ ਆ ਠੀਕ ਹੈ ਜੀ ਵੀਰੇ ਆਪਾਂ ਨੂੰ ਦੇ ਦਿਓ ਸਾਰੇ ਕਬੂਤਰ ਠੀਕ ਹੈ ਬਈ ਫਿਰ ਉਹ ਲੈ ਜਾਂਦੇ ਨੇ ਜਿੱਦਾਂ ਪਾਉਂਦੇ ਸਾਰੇ ਵੀਡੀਓ ਠੀਕ ਹੈ ਜੀ ਤੇ ਇੱਕ ਵੀਰੇ ਇੱਕ ਗੱਲ ਹੋਰ ਕਰਨੀ ਸੀ ਜਿਵੇਂ ਤੁਹਾਡੀ ਏਜ ਕਿੰਨੀ ਆ ਇਹ ਮੇਰੀ 24 ਠੀਕ ਹੈ ਬਈ ਤੇ ਆਪਣੇ ਨਾ ਜਿਵੇਂ ਕਹਿ ਦਿੰਦੇ ਵੀ ਪੰਜਾਬ 'ਚ ਬੇਰੋਜ਼ਗਾਰੀ ਆ ਤੇ ਜਿਵੇਂ ਹੁਣ ਤੁਸੀਂ ਆ ਸਾਈਡ ਬਿਜ਼ਨਸ ਕਹਿ ਸਕਦੇ ਹੋ ਮੈਂ ਤੁਹਾਡਾ
ਇਹਦੇ ਤੋਂ ਮਤਲਬ ਜਿਵੇਂ ਹੁਣ ਜਿਵੇਂ ਬਹੁਤੇ ਵੀਰ ਭਰਾ ਦੇਖਦੇ ਹੋਣੇ ਆ ਹਨਾ, ਜਿਨ੍ਹਾਂ ਕੋਲ ਕੰਮ ਕਾਰ ਨਹੀਂ ਹੈਗਾ ਜਾਂ ਕੁਛ ਵੀ, ਉਹਨਾਂ ਲਈ ਇਹ ਕਿੱਤਾ ਫਾਇਦਾ ਫਾਇਦੇਮੰਦ ਆ ਇਹ ਜੇ ਕਰਨਾ ਚਾਹੁੰਦੇ ਹੋਣ? ਫਾਇਦੇਮੰਦ ਆ ਵੀਰੇ, ਫਾਇਦੇਮੰਦ ਆ। ਜੇ ਮੈਂ ਤੁਹਾਨੂੰ ਪੁੱਛਾਂ ਅੰਦਾਜ਼ੇ ਤੌਰ ਤੇ ਵੀ ਤੁਹਾਡੀ ਮੰਥਲੀ ਆਮਦਨ ਕਿੰਨੀ ਕੁ ਹੋ ਜਾਂਦੀ ਇੱਥੋਂ? ਵੀਰੇ ਮੰਥਲੀ ਆਮਦਨ ਆਪਾਂ ਲਾਈ ਤਾਂ ਨਹੀਂ ਕਦੇ ਵੈਸੇ, ਇੱਕ ਅੰਦਾਜ਼ਾ ਵਾ ਵੀ ਆਪਾਂ ਮੋਟੀਵੇਟ ਕਰਨਾ ਬੰਦੇ ਨੂੰ, 30 ਤੋਂ 35 ਬਣ ਸਕਦਾ, ਵੱਧ ਇਸ ਤੋਂ ਵੱਧ ਹੀ ਘੱਟ ਵੀ ਥੋੜਾ ਹੋ ਜਾਂਦਾ ਵਾ ਜੀ ਦੇ ਹਿਸਾਬ ਨਾਲ। ਮਤਲਬ ਜੇ ਬੰਦੇ ਨੇ ਇਹਦਾ ਬਿਜ਼ਨਸ ਕਰਨਾ ਹੋਵੇ ਭੁੱਖਾ ਨਹੀਂ ਮਰ ਸਕਦਾ? ਨਹੀਂ ਮਰ ਸਕਦਾ। ਉਦਾਂ ਵੀ ਜਿੱਦਾਂ ਆਪਾਂ ਹੁਣ ਜੋੜੇ ਰੱਖ ਕੇ ਬਰੀਡਿੰਗ ਕਰਾ ਸਕਦੇ ਆ ਜੀ, ਬਰੀਡਿੰਗ ਕਰਾ ਕੇ ਉਹਨਾਂ ਦੇ ਅੱਗੋਂ ਬੱਚੇ ਵੀ ਵੇਚ ਸਕਦੇ ਆ, ਚੰਗੇ ਕਬੂਤਰ ਬਣਾ ਕੇ ਵੇਚ ਸਕਦੇ ਆ ਨਾ, ਜੋੜੇ ਲਾ ਕੇ ਬਣਾ ਕੇ ਉਹਨਾਂ ਦੇ ਅੱਗੋਂ ਬੱਚੇ ਵੀ ਸੇਲ ਕਰ ਸਕਦੇ ਆ ਜੀ, ਫੈਂਸੀ ਕਬੂਤਰ ਰੱਖੇ ਨੇ ਜੀ ਉਹਨਾਂ ਦੇ ਅੱਗੋਂ ਬੱਚੇ ਵੇਚ ਸਕਦੇ ਆ ਜੀ। ਹਾਂਜੀ, ਮੈਨੂੰ ਬਹੁਤ ਵਧੀਆ ਗੱਲ ਲੱਗੀ ਹਨਾ, ਕਿਉਂਕਿ ਬਹੁਤੇ ਲੋਕ ਇਹ ਚੀਜ਼ਾਂ ਨਹੀਂ ਦੱਸਦੇ, ਤੇ ਆਹ ਚੀਜ਼ ਮੈਨੂੰ ਤੁਹਾਡੀ ਬਹੁਤ ਚੰਗੀ ਲੱਗੀ ਬਾਈ ਪਰਸਨਲੀ ਤੌਰ ਤੇ, ਤੇ ਇਹ ਗੱਲ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਇਹ ਗੱਲ ਲਈ। ਬਾਈ ਇਹ ਕਿੱਥੋਂ ਦਾ ਆਇਆ ਜੋੜਾ? ਇਹ ਜੋੜਾ ਵੀਰੇ ਆਇਆ ਸੀਗਾ ਬਰਨਾਲੇ ਤੋਂ। ਠੀਕ ਹੈ ਬਾਈ। ਹਾਂਜੀ, ਲੋ ਵੀ ਆ ਦੇਖੋ ਕਾਲਸਰੇ ਚਿੱਟੀ ਅੱਖ ਦੇ, ਇਹਨਾਂ ਨੂੰ ਹਾਈ ਫਲੇਅਰ ਕਹਿੰਦੇ ਆ ਨਾ। ਹਾਂਜੀ, ਇਹ ਹਾਈ ਫਲੇਅਰ ਉਚਾਈ ਤੇ ਜਾਂਦੇ, ਉਚਾਈ ਤੇ ਉੱਡਦੇ ਆ। ਹਾਂਜੀ, ਤੇ ਇਸੇ ਗੱਲ ਤੋਂ ਮਾਰ ਖਾ ਜਾਂਦੇ ਆ ਨਾ ਇਹ, ਮਾਰ ਖਾਂਦੇ ਨੇ ਜਿੱਦਾਂ ਉੱਪਰ ਜੇ ਹਵਾ ਚੱਲ ਪਈ ਤੇਜ਼ ਥੋੜੀ, ਇਹਨਾਂ ਨੇ ਕਿਸੇ ਹੋਰ ਪਾਸੇ ਖੁੱਲ ਕੇ ਜਾ ਕੇ ਜੀ ਇਹਨਾਂ ਨੇ ਉੱਥੇ ਬਹਿਣ ਲੱਗ ਪੈਣਾ। ਠੀਕ ਆ, ਇਹ ਇਹਨਾਂ ਦੁਬਾਰਾ ਉੱਪਰ ਜਾਣ ਹੀ ਹੋਣਾ ਕਿਉਂਕਿ ਜਾਨ ਖਤਮ ਹੋ ਜਾਂਦੀ ਆ ਜੀ, ਦੁਬਾਰਾ ਰਹਿੰਦੇ ਨੇ, ਜ਼ੋਰ ਬਹੁਤ ਮਾਰਦੇ ਆ, ਬਹੁਤ ਮਾਰਦੇ ਨੇ ਜੀ। ਤੇ ਆਪਣੇ ਜਿਹੜਾ ਮਲਵਈ ਆ ਇਹ ਥੋੜੇ ਲੋਹ ਤੇ ਉੱਡਦੇ ਨੇ, ਇਹ ਅਧਿਕਾਰ ਤੱਕ ਉੱਡਦੇ ਆ, ਇਹਨਾਂ ਆਪਣਾ ਕੋਠਾ ਦੇਖਦੇ ਰਹਿੰਦੇ ਨੇ ਜੀ, ਇਹਨਾਂ ਨੇ ਉੱਪਰ ਜਾ ਕੇ ਬੰਦ ਹੋ ਜਾਣਾ, ਇਹਨਾਂ ਨੇ ਦੋ ਚਾਰ ਪੁੱਠੇ ਗੇੜੇ ਮਾਰੇ ਜੀ, ਇਹਨਾਂ ਨੇ ਉੱਥੇ ਨੀਵੇਂ ਹੋਣ ਲੱਗ ਪੈਣਾ ਥੱਕ ਕੇ, ਉੱਥੇ ਬਹਿ ਜਾਣਾ। ਪਰ ਪਾਕਿਸਤਾਨ 'ਚ ਇਹ ਬਰੀਡ ਤੇ ਬਹੁਤ ਕੰਮ ਹੋ ਰਿਹਾ ਬਾਈ ਹਨਾ ਬਾਈ, ਉੱਥੇ ਬਹੁਤ ਉੱਡਦਾ। ਤੇ ਇੱਕ ਇਹ ਵੀ ਆ ਵੀ ਲਗੜ ਵੀ ਇਹਨਾਂ ਨੂੰ ਇਸੇ ਕਰਕੇ ਪੈ ਜਾਂਦੀ ਆ, ਇਹ ਉਚਾਈ ਤੇ ਉੱਡਦੇ ਆ। ਲਗੜ ਵੀ ਕਿਉਂਕਿ ਲਗੜ ਦੀ ਬਹੁਤ ਖਾਸੀਅਤ ਨੇ ਜੀ, ਲਗੜ ਜਮਾ ਹੀ ਜੀਰੋ ਜਿੱਥੇ ਆਕਸੀਜਨ ਉੱਥੇ ਵੀ ਉੱਡ ਲੈਂਦੀ ਆ, ਇਹ ਬਹੁਤ ਚਾਹੀ ਤੇ ਚੱਲ ਜਾਂਦੇ ਨੇ। ਠੀਕ ਆ, ਤੇ ਆਪਣੇ ਤੁਸੀਂ ਇਹਨਾਂ ਦੀ ਬਰੀਡਿੰਗ ਇਹਨਾਂ ਦੇ ਬੱਚੇ ਬੁੱਚੇ ਕਢਾਉਂਦੇ ਹੋ ਅੱਜ ਆ ਕਾਲਸਰਿਆਂ ਦੇ? ਇਹ ਵੀਰੇ ਹੁਣੇ ਨਵੇਂ ਆਏ ਨੇ ਇਹ। ਠੀਕ ਆ, ਤੇ ਹੁਣ ਬੱਚੇ ਜੋੜਾ ਆਂਡੇ ਰੱਖਣ ਵਾਲਾ ਵਾ। ਠੀਕ ਆ ਬਾਈ, ਬਦਾਮੀ ਠੀਕ ਆ ਬਾਈ, ਬਰਾਊਨ ਪਿਓਰ ਜੀ, ਕਬੂਤਰੀ ਲਾਲ ਚੀਨੀ। ਠੀਕ ਆ ਬਾਈ, ਬੱਚਾ ਦੇਖ ਲੋ, ਬੱਚਾ ਦਵਾਜ ਜਿਹਾ ਕੱਢਿਆ ਵਾ ਤੇ ਆਹ ਦੇਖ ਸਕਦੇ ਹੋ, ਆਹ ਲੱਠਾ ਹੀ ਆ ਬਾਈ, ਆਹ ਬੋਦੀ ਜੀ ਇਹ ਲੱਠਾ ਵਾ। ਠੀਕ ਆ, ਇਹਨਾਂ ਦਾ ਤੁਸੀਂ ਸਾਰਿਆਂ ਕੀ ਰੇਟ ਦੱਸਿਆ ਸੀਗਾ? ਇਹਨਾਂ ਇਹ ਦੋ ਸੇਲ ਨੀਗੇ, ਬਾਕੀ ਸਾਰੇ। ਅੱਛਾ, ਉਹ ਜਿਹੜਾ ਜੋੜਾ ਸੇਲ ਨਹੀਂ ਹੈਗਾ ਕਾਲਸਰਿਆਂ ਵਾਲਾ, ਉਹ ਤੁਸੀਂ ਆਪ ਰੱਖਿਆ ਸ਼ੌਂਕ ਲਈ? ਉਹ ਆਪ ਰੱਖਿਆ, ਬਾਕੀ 300 ਰੁਪਏ ਨਾਲ ਜਿਹੜਾ। ਠੀਕ ਆ ਬਈ, ਠੀਕ ਆ। ਤੇ ਆਹ ਦੇਖ ਲਓ ਬਾਈ, ਬਾਈ ਹੁਣਾਂ ਦੇ ਖੁੱਡੇ ਹਵਾਦਾਰ ਬਣਾਇਆ ਹੋਇਆ ਵਾ ਪੂਰਾ ਹਨਾ, ਜ਼ਿਆਦਾਤਰ ਹਵਾਦਾਰ ਬਣਾਉਣ ਦਾ ਫਾਇਦਾ ਹੀ ਹੁੰਦਾ ਵਾ, ਕਿਉਂਕਿ ਇਹਦੇ ਨਾਲ ਬਿਮਾਰੀ ਨਹੀਂ ਪੈਂਦੀ ਹਨਾ ਬਾਈ, ਵੀਰੇ ਜਮਾਂ ਹੀ ਨਹੀਂ ਬਿਮਾਰੀ ਪੈਂਦੀ ਇਹ 'ਚ। ਠੀਕ ਆ, ਹਲੇ ਲਾੜੋ ਮੇਰੇ ਖੁੱਡੇ ਵੀ ਨਹੀਂ ਹੁੰਦਾ ਬਣੇ ਹੋਏ, ਇਹ 'ਚ ਕੋਈ ਨਾ ਕੋਈ ਬਿਮਾਰ ਹੋ ਜਾਂਦਾ ਵਾ, ਪਰ ਇਹ 'ਚ ਨਹੀਂ ਹੁੰਦੇ, ਇਹ 'ਚ ਕਿਉਂਕਿ ਹਵਾ ਪੈਂਦੀ ਰਹਿਣੀ ਆ, ਧੁੱਪ ਪੈਂਦੀ ਰਹਿਣੀ ਆ ਹਨਾ, ਬਾਕੀ ਜੇ ਮੀਂਹ ਕਣੀ ਆਉਂਦੀ ਆ ਤਰਪਾਲ ਤਰਪੂਲ ਦੇ ਦਿੰਦੇ ਹੋਗੇ, ਤਰਪਾਲ ਪਾ ਦਿੰਦੇ ਆਪਾਂ ਜੀ, ਵੈਸੇ ਵੀ ਖਾਨੇ ਬਣਾਏ ਹੋਏ ਨੇ, ਖਾਨੇ ਚੱਲ ਜਾਂਦੇ ਨੇ। ਠੀਕ ਆ, ਪਾ ਦਿੰਦੇ ਆ ਜੀ, ਤਰਪਾਲਾਂ ਪਈਆਂ ਤਰਪਾਲਾਂ ਪਾ ਦਿੰਦੇ ਆ। ਠੀਕ ਆ ਬਾਈ, ਇਸ ਵਕਤ ਆ ਗਏ ਆਪਾਂ ਹੁਣ ਬਾਈ ਹੁਣਾਂ ਦੀ ਦੂਜੀ ਛੱਤ ਤੇ, ਤੇ ਇੱਧਰ ਬਾਈ ਹੁਣਾਂ ਦੇ ਅਡਾਰ ਵਾਲੇ ਕਬੂਤਰ ਆ। ਇਹਨਾਂ 'ਚ ਤਾਂ ਨਹੀਂ ਬਾਈ ਕੋਈ ਸੇਲ ਸੂਲ ਕਰਨ ਵਾਲਾ? ਨਹੀਂ, ਇਹ ਆਪਣੇ ਵੀਰੇ ਲੱਗੇ ਹੋਏ ਨੇ ਸਾਰੇ ਪੁਰਾਣੇ ਕਬੂਤਰ ਨੇ। ਠੀਕ ਆ, ਤੇ ਆਹ ਇੱਕ ਉੱਡ ਖੜੀ ਕਬੂਤਰੀ ਬਾਈ ਹੁਣਾਂ ਦੀ, ਇਹ ਵੀ ਨਵੀਂ ਕਬੂਤਰੀ ਆ, ਇਹ ਵੀ ਨਵੀਂ ਉੱਡ ਖੜੀ। ਇੱਧਰ ਤੁਸੀਂ ਬਰੀਡਿੰਗ ਕਰਾਉਂਦੇ ਹੋ ਨਾ, ਬੱਚੇ ਬੁੱਚੇ ਆ ਨਵੇਂ ਪਲੇ ਹੋਏ ਆ? ਇਹ ਜ਼ਿਆਦਾਤਰ ਉਡਾਉਣ ਵਾਲੇ ਆ ਬੱਚੇ, ਆਪਾਂ ਉੱਧਰ ਪਲਾਉਂਦੇ ਆ ਜਿਹੜਾ ਉੱਧਰ ਖੁੱਡਾ ਸੀ ਨਾ ਜੀ ਜੀ ਜੀ, ਇਹ ਬੱਚੇ ਬੱਚੇ ਉੱਧਰ ਪਲੇ ਹੋਏ ਸੀਗੇ, ਇਹ ਹੁਣ ਇੱਧਰ ਉਡਾਉਣੇ ਆ ਤੁਸੀਂ? ਇੱਧਰ ਉਡਾਉਣੇ ਆਪਾਂ। ਠੀਕ ਆ ਬਾਈ, ਖੱਟੀਆਂ ਦਾ ਉਹ ਤਿੰਨ ਦਿਨਾਂ ਬਾਅਦ ਮੁੜ ਕੇ ਆਏਗਾ ਸੀਗਾ, ਬੱਚਾ ਇੰਨਾ ਕੀੜਾ ਸੀਗਾ, ਤਿੰਨ ਦਿਨਾਂ ਬਾਅਦ ਮੁੜ ਕੇ ਆਏਗਾ। ਇਹ ਉਹੀ ਕਬੂਤਰ ਦਾ ਬੱਚਾ? ਹਾਂ। ਠੀਕ ਆ ਬਾਈ, ਬਈ ਆਹ ਬੱਚਾ ਦੇਖੋ ਕਿੰਨਾ ਸੋਹਣਾ ਆ, ਇਹ ਤਾਂ ਨਹੀਂ ਬਾਈ ਸੇਲ ਵਾਸਤੇ? ਨਹੀਂ, ਇਹ ਸੇਲ ਵਾਸਤੇ। ਤੇ ਬਾਕੀ ਬਾਈ ਜਾਂਦੇ ਜਾਂਦੇ ਨਾ ਤੁਸੀਂ ਆਪਣਾ ਨੰਬਰ ਕੰਟੈਕਟ ਨੰਬਰ ਦੁਬਾਰੇ ਬੋਲ ਦਿਓ। 9888 ਜੀ 55 3 4। ਠੀਕ ਆ ਬਾਈ, ਤੇ ਆਹ ਬਾਈ ਦੀ ਤਹਿ ਦੇਖੋ ਯਾਰ ਕਿੰਨੀ ਸੋਹਣੀ ਆ, ਇੱਥੇ ਸਾਰਾ ਏਰੀਆ ਦੀਂਦਾ
ਤੇ ਉਹ ਉਧਰ ਸੇਲ ਵਾਲੇ ਆ ਉਧਰ ਬਾਈ ਹੁਣਾਂ ਦੇ ਤੇ ਬਾਕੀ ਬਾਈ ਤੁਹਾਨੂੰ ਕਾਲ ਕਿਹੜੇ ਵੇਲੇ ਕਰਨ ਹਨਾ ਕਈ ਵਾਰ ਬਿਜ਼ੀ ਹੁੰਦਾ ਬੰਦਾ ਕਾਲ ਵੀਰੇ 10 ਤੋਂ 6 ਵਜੇ ਦੇ ਵਿੱਚ ਵਿੱਚ ਹਰ ਦਿਨ ਹਾਂਜੀ ਹਰ ਦਿਨ ਠੀਕ ਆ ਬਾਕੀ ਵੀ ਘਰੇ ਵੀ ਜਾਣਾ ਪੈਂਦਾ ਆਪਾਂ ਨੂੰ ਘਰੇ ਨਹੀਂ ਜਾਂਦੇ ਆਪਾਂ ਠੀਕ ਆ ਠੀਕ ਆ ਤੇ ਇੱਕ ਮੰਨ ਲਓ ਜੇ ਚੈਨਲ ਦੇ ਮਾਧਿਅਮ ਰਾਹੀਂ ਤੁਹਾਨੂੰ ਕੋਈ ਕੰਟੈਕਟ ਕਰਦਾ ਕੋਈ ਚੱਕਰ ਨਹੀਂ ਵੀਰੇ ਆਪਾਂ ਕਰ ਦਾਂਗੇ ਰਿਆਤ ਠੀਕ ਆ ਬਾਈ ਕੁਆਂਟੀਟੀ 'ਚ ਵੀ ਚੱਕਾਂਗੇ ਆਪਾਂ ਉਹ ਵੀ ਅਵੇਲੇਬਲ ਕਰਾ ਦਾਂਗੇ ਉਦਾਂ ਵੀ ਰੇਟ ਪੱਖੋਂ ਵੀ ਆਪਾਂ ਕਰ ਦਾਂਗੇ ਰਿਆਤ ਠੀਕ ਆ ਚੈਨਲ ਦਾ ਨਾਮ ਲੈ ਕੇ ਆਣ ਆਪਣੇ ਕੋਲ ਆਪਾਂ ਰਿਆਤ ਕਰ ਦਾਂਗੇ ਠੀਕ ਆ ਤੇ ਇੱਕ ਤੁਹਾਡਾ ਚੈਨਲ ਕੀ ਸੀਗਾ ਪਰਮ ਪੀਜਨ ਫਾਰਮ ਹਾਂਜੀ ਪਰਮ ਪੀਜਨ ਫਾਰਮ ਠੀਕ ਆ ਜੀ ਤੇ ਜਾਂਦੇ ਜਾਂਦੇ ਕੁਝ ਕਹਿਣਾ ਚਾਹੁੰਦੇ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਉਮੀਦ ਕਰਦੇ ਹਾਂ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਊਗੀ ਬਾਈ ਦੀ ਜਾਣਕਾਰੀ ਦਿੱਤੀ ਵੀ ਚੰਗੀ ਲੱਗੀ ਹੋਊਗੀ ਜੇ ਚੰਗੀ ਲੱਗੀ ਤਾਂ ਕਮੈਂਟ ਕਰਿਓ ਬਾਈ ਅਤੇ ਵਿਚਾਰ ਆਪਣੇ ਸਾਂਝੇ ਕਰਿਓ ਅਤੇ ਸ਼ੇਅਰ ਕਰ ਦਿਓ ਮਿਲਦੇ ਆਪਾਂ ਤੁਹਾਨੂੰ ਅਗਲੀ ਨਵੀਂ ਵੀਡੀਓ 'ਚ ਤਦ ਤੱਕ ਲਈ ਰੱਬ ਰੱਖਾ ਬਾਈ।